ਬੀਬੀ ਦੇ ਆਯਾਮ ਜਾ ਰਹੇ ਨੇ, ਆਖਰੀ ਵੇਲਾ ਤੁਹਾਡੀ ਵਸੀ ਤਾਂ ਕੁਝ ਹੈ ਨੇ ਦਿਲ, ਮੈਂ ਤੁਹਾਨੂੰ ਸੁਣਾ ਲਾਂ, ਇਜਾਜ਼ਤ ਹੈ ਸਾਰਿਆਂ ਦੀ। ਜੇ ਤੇਰੀ ਵਿਲਾ ਕੋਈ ਨਹੀਂ ਫਿਰ ਰਾਜ਼ੀ ਖੁਦਾ ਕੋਈ ਨਹੀਂ, ਵਾਦਾ ਹੈ ਅਲੀ ਜੇ ਤੇਰੀ ਵਿਲਾ ਕੋਈ ਨਹੀਂ ਫਿਰ ਰਾਜ਼ੀ ਖੁਦਾ ਕੋਈ ਨਹੀਂ, ਵਾਦਾ ਹੈ ਅਲੀ ਜੇ ਬਾਦਸ਼ਾਹ ਦੀ ਯਤੀਮੀ ਦੇ ਦੇਣ ਫਿਰ ਰਾਜ਼ੀ ਆਲੀਆ ਦੀ ਯਤੀਮੀ ਦੇ ਦੇਣ ਵਾਦਾ ਕਿਹੜੀ ਗੱਲ ਜਿਹੜੀ ਸਾਨੂੰ ਕਬਰ ਚ ਮਿਲ ਰਹੀ ਸੀ, ਕੋਈ ਨਹੀਂ ਵਾਦਾ ਹੈ ਸਾਰੇ ਜ਼ਖਮੀ ਜ਼ਹਰਾ ਦਰ ਜਲਦਾ ਹੈ ਸਾਰਾ ਕੋਈ ਨਹੀਂ ਰੋਂਦਾ ਹੈ ਇਹਦਾ ਵੀਰ ਵੀਰਾ ਕੋਈ ਨਹੀਂ ਸਰ ਤੇਰੀ ਦਾ ਕੋਈ ਨਹੀਂ ਰੋਂਦਾ ਹੈ ਇਹਦਾ ਵੀਰ ਹਜੇ ਤਾਈਂ ਹਾਈ ਨਹੀਂ ਕਹਿ ਸਕੇ ਜਿਹਦੀਆਂ ਖੋਜ ਨਹੀਂ ਕਰ ਸਕੀਆਂ ਭਰੀ ਜਵਾਨੀ ਤੁਹਾਡੇ ਗਏ ਹੱਥ ਜੋੜਿਆ ਮੁਸਲਮਾਨ ਜਿਸ ਵੇਲੇ ਜ਼ਹਰਾ ਦੇ ਮੂੰਹ ਨੂੰ ਅੱਗ ਲਾਈਏ ਛੋਟੀ ਜਿਹੀ ਸੈਣ ਜ਼ੈਨਬ ਆ ਕੇ ਕਦੀ ਮਾਂ ਦੇ ਕੋਲ ਅੱਗ ਬੁਝੇਂਦੀ ਆਈ ਕਦੀ ਬਿਰਾਵਾਂ ਨੂੰ ਬੁਝਾ ਕੇ ਬੁਝੇਂਦੀ ਆਈ ਅਚਾਨਕ ਜਨਾਬ ਹਿਜਾਬ ਵੱਲ ਦੀ ਨਜ਼ਰ ਪਈਏ ਧੀ ਦੇ ਪਾਸ ਮੁਖਾਤਿਬ ਹੋ ਕੇ ਬੀਬੀ ਰੋ ਕੇ ਆਦਿ ਨੇ ਜੇ ਅੱਗ ਤੂੰ ਬੁਝਾਈ ਮੈਂ ਕਰਜ਼ ਲਾਵਾਂਗੀ ਕਸਮ ਹੈ ਗੁਰਬਤ ਦੀ ਨਾਵਾਂ ਤੇ ਮਾਂ ਕੋਈ ਨਹੀਂ ਸੁਣਦਾ ਹੈ ਅਲੀ ਮੈਨੂੰ ਕਸਮ ਹੈ ਗੁਰਬਤ ਦੀ ਸੁਣਦਾ ਹੈ ਹੱਥ ਜੁੜੇ ਨੇ ਮਾਤਮੀਆਂ ਦੇ ਕੇ ਜਬ ਜਬ ਗੱਲ ਲੁਕਾ ਵੀ ਨਹੀਂ ਸਕਦਾ ਕਿਸੇ ਦਾ ਪੁੱਤਰ ਕਿਤਨਾ ਮਰਜ਼ੀ ਕਮਜ਼ੋਰ ਹੋਵੇ ਕੁਝ ਨਾ ਕਰ ਸਕਦਾ ਹੋਵੇ ਬਾਬੂ ਜੀ ਮੈਂ ਕਹਿੰਦਾ ਕਿਸੇ ਦਾ ਪੁੱਤਰ ਕੁਝ ਵੀ ਨਾ ਕਰ ਸਕਦਾ ਹੋਵੇ ਨਾ ਤੇ ਆਪਣੇ ਸਾਹਮਣੇ ਮਾਂ ਨੂੰ ਕਿਸੇ ਕੋਲ ਮਾਰ ਖਾਂਦਾ ਨਹੀਂ ਵੇਖ ਸਕਦਾ ਮੈਂ ਜੁਮਲਾ ਪੜ੍ਹ ਲਿਆ ਤੁਸੀਂ ਸੋਕਾ ਸੁਣ ਲਿਆ ਬੀਬੀ ਦੀ ਸ਼ਹਾਦਤ ਤੋਂ ਬਾਅਦ ਹਸਨ ਮੌਲਾ ਬਾਬੇ ਦੇ ਨਾਲ ਮਦੀਨੇ ਦੀ ਗਲੀ 'ਚ ਬੈਠ ਟੁਰਦੇ ਹਨ ਅਚਾਨਕ ਬਾਬੇ ਦਾ ਦਾਮਨ ਹਿਲਾਇਆ ਬਾਬਾ ਮੈਂ ਉਸ ਗਲੀ 'ਚ ਨਹੀਂ ਵਹਿਣਾ ਅਲੀ ਬਾਦਸ਼ਾਹ ਬੰਦੇ ਬੰਦੇ ਜ਼ਮੀਨ ਤੇ ਬੈਠੇ ਦੇਖਿਆ ਦਿਨ ਹਸਨ ਕਿਉਂ ਨਹੀਂ ਵਹਿਣਾ ਉਸ ਗਲੀ 'ਚ ਕਿਆ ਹੈ ਹਸਨ ਮੌਲਾ ਮੂੰਹ ਤੇ ਮਾਤਮ ਕਰਕੇ ਦਿਨ ਭੁੱਲੇ ਨੇ ਨਹੀਂ ਅਸ਼ਰ ਤਾਈ ਉਂਦੇ ਖਾਕ ਲਿਸਾ ਮੈਨੂੰ ਇਤਨੇ ਢੇਰ ਬੰਦੇ ਬੈਠੇ ਜਿਹੜੇ ਹਾਏ ਨਹੀਂ ਕਹਿ ਸਕੇ ਇੱਕ ਵਾਰੀ ਮੇਰੇ ਪਾਸੇ ਵੇਖਣਾ ਸਹੀ ਮੈਂ ਨੌਕਰ ਹਾਂ ਸੌ ਵਾਰੀ ਅੱਗੋਂ ਸੌ ਵਾਰੀ ਪੜਾਂ ਹੱਥ ਜੋੜ ਕੇ ਮਿੰਨਤ ਕਰ ਰਿਹਾ ਅਗਰ ਕੋਈ ਸਾਡਾ ਟੁੱਟ ਜਾਏ ਅਸੀਂ ਕਬਰ ਬਣਾਉਂਦੇ ਹਾਂ ਕਬਰ ਦਾ ਨਿਸ਼ਾਨ ਬਣਾਉਂਦੇ ਹਾਂ ਤੁਸੀਂ ਤੇ ਹਰ ਵਾਰੀ ਜਾ ਕੇ ਜ਼ਿਆਰਤ ਕਰਕੇ ਵੱਲਦੇ ਹੋ ਰੱਖੋ ਸਿਰ ਤੇ ਕੁਰਾਨ ਪੁੱਛੋ ਬਿਰਾ ਕੋਲੋ ਜਿਸ ਬੀਬੀ ਦੇ ਹਰਮ ਤੋਂ ਵੱਲੇ ਆਏ ਅੱਜ ਵੀ ਉਹਦੀ ਧੁੱਪ ਤੇ ਕਬਰ ਬਣੀ ਹੈ ਕਿਸੇ ਨੂੰ ਪੁੱਛੋ ਰਸੂਲ ਦੀ ਧੀ ਕਿਹੜੀ ਆ ਦਿਨ ਉਹ ਜਿੱਥੇ ਚੰਦ ਪੱਥਰ ਪਏ ਹਨ ਉਹ ਰਸੂਲ ਦੀ ਧੀ ਦੀ ਕਬਰ ਹੈ ਅਲੀ ਬਾਦਸ਼ਾਹ ਹੁਸੈਨ ਨੇ ਵਸੀਅਤ ਕੀਤੀ ਯਾ ਅਲੀ ਮੇਰੇ ਜਨਾਜ਼ੇ ਦਾ ਐਲਾਨ ਨਾ ਕਰਾਵੇ ਯਾ ਅਲੀ ਉਹ ਲੋਕ ਮੇਰੇ ਜਨਾਜ਼ੇ 'ਚ ਨਾ ਆਉਣ ਜਿਹੜੇ ਮੇਰੇ ਬਾਬੇ ਦੇ ਜਨਾਜ਼ੇ 'ਚ ਨਹੀਂ ਆਏ ਯਾ ਅਲੀ ਮੈਂ ਮਿੰਨਤ ਕਰਦੀ ਹਾਂ ਮੇਰੀ ਕਬਰ ਦਾ ਪਹਾਰਾ ਦੇਵੇ
ਮੈਂ ਸੋਕਾ ਪੜੇ ਤੁਸੀਂ ਸੋਕਾ ਸੁਣਿਆ ਹੈ ਅਲੀ ਬਾਦਸ਼ਾਹ ਨੇ ਮਾਤਮ ਕੀਤਾ ਹੈ ਇਵੇਂ ਜੋ ਜ਼ਹਰਾ ਦਮਈਏ ਚ ਆਇਆ ਹੈ ਰਸੂਲ ਦਾ ਰੋਜ਼ਾ ਸਾਹਮਣੇ ਆਇਆ ਮੂੰਹ ਤੇ ਮਾਤਮ ਕਰਕੇ ਆਦਨ ਭੁੱਲ ਲੈਣੇ ਨਹੀਂ ਅਸ਼ਰ ਤਾਈ ਹੁੰਦੇ ਆਖਰੀ ਸਮੇਂ ਨੂੰ ਭੁੱਲ ਲੈਣੇ ਨਹੀਂ ਅਸ਼ਰ ਤਾਈ ਹੁੰਦੇ ਆਖਰੀ ਸਮੇਂ ਨੂੰ ਕਿੱਥੇ ਜ਼ਹਰਾ ਨੂੰ ਕਹਾਵੇ ਦਸ ਸੱਲੇ ਅਲਾ ਮੈਨੂੰ ਮੈਨੂੰ ਜੀਣ ਦੀ ਦੁਨੀਆ ਤੇ ਮੇਰੇ ਕੋਲ ਵਜ੍ਹਾ ਕੋਈ ਨਹੀਂ ਪੁੱਛਦਾ ਹੈਲੀ ਹੁਣ ਜੀਣ ਦੀ ਦੁਨੀਆ ਤੇ ਬਾਜੀ ਮੈਨੂੰ ਕਹਿ ਨਹੀਂ ਸਕਦਾ ਤੁਹਾਡੇ ਕੋਲ ਮਾਫੀ ਮੰਗਣਾ ਚਾਹ ਰਿਹਾ ਹਸਨ ਮੋਲਾ ਕੇ ਬਾਬਾ ਮੈਂ ਉਸ ਗਲੀ ਚ ਨਹੀਂ ਜਾਣਾ ਆਦਨ ਬੱਚਾ ਕਿਉਂ ਨਹੀਂ ਜਾਣਾ ਆਦਨ ਬਾਬਾ ਉੱਥੇ ਉਹ ਖੜਾ ਜਿਸ ਮੇਰੀ ਮਾਂ ਨੂੰ ਬੜਾ ਮਾਰਿਆ ਸੀ ਮੈਂ ਸੌਖਾ ਪੜੇ ਤੁਸੀਂ ਸੌਖਾ ਸੁਣਿਆ ਹਸਨ ਮੋਲਾ ਮੂੰਹ ਤੇ ਮਾਤਮ ਕੀਤਾ ਹੈ ਜਾਂ ਬਾਬੇ ਦੇ ਪਾਸੇ ਵੇਖ ਕੇ ਆਦਣੇ ਮਰ ਜਾਵੇ ਹਸਨ ਬਾਬਾ ਹੁਣ ਚੈਨ ਨਹੀਂ ਆਉਂਦਾ ਏ ਜਿੰਨੇ ਮਾਰਿਆ ਏ ਮਾਂ ਨੂੰ ਉਹ ਹੱਸ ਕੇ ਵੀ ਖਾਂਦਾ ਏ ਗੱਲ ਲਾ ਕੇ ਬੱਚਿਆਂ ਨੂੰ ਹੁਣ ਸਾਡਾ ਰਿਹਾ ਕੋਈ ਨਹੀਂ